तस्वीरां पटियाला दे भवानीगढ़ तो सामने आईयां ने जिथे एक परिवार दे वल्लों शहर दे निजी हस्पताल दे सामने हंगामा कीता गया। परिवार वालियां ने इल्जाम लगाया कि हस्पताल स्टाफ दी अणगहली कारण उन्हां दे मरीज दी मौत हुई है। पीड़ित परिवार दा दोष है कि हरप्रीत कौर जो गर्भवती सी ते उस नूं हस्पताल च डिलीवरी लई लैके आए सी, परंतु जदों उसकी हालत विगड़ गई तां हस्पताल प्रबंधकां ने उस नूं पटियाला स्थित एक निजी हस्पताल च रैफर कर दिता, परंतु इलाज दौरान हरप्रीत कौर दी मौके ते ही मौत हो गई। उथे जिथे परिवार वालियां ने हस्पताल प्रबंधकां खिलाफ नारेबाजी कीती, उथे परिवारिक मैंबरां ने इंसाफ दी गुहार लगाउंदे होए कारवाई दी मांग कीती। ਕਿਰਨਜੀਤ ਕੌਰ ਆ ਜੀ। ਮੈਂ ਤਾਂ ਉਰੇ ਵਿਆਹੀ ਹੋਈ ਹਾਂ, ਮੇਰੀ ਭਰਜਾਈ ਤੀ ਜੀ ਉਹ, ਹਰਪ੍ਰੀਤ ਕੌਰ ਮੇਰੀ ਭਰਜਾਈ ਤੀ, ਉਹ ਪ੍ਰੈਗਨੈਂਟ ਤੀ ਜੀ। ਉਹਦੇ ਤਿੰਨ ਦੋ ਬੇਟੀਆਂ ਪਹਿਲਾਂ ਨੇ, ਤੀਜੀ ਬੇਟੀ ਹੁਣ ਹੋਈ ਆ। ਇਹਦੇ ਲਈ ਅਸੀਂ ਆ ਕੇ ਰਿਪੋਰਟਾਂ ਲੈ ਕੇ, ਇਹ ਕਹਿੰਦੀ 2 ਘੰਟਿਆਂ ਦੇ ਵਿੱਚ ਵੀ ਆਪਰੇਸ਼ਨ ਹੁਣ ਹੋ ਜੂਗਾ। ਇਹ ਡਾਕਟਰ ਕਹਿੰਦੇ ਆ, ਮੈਡਮ ਕਹਿੰਦੀ ਮਨਪ੍ਰੀਤ ਆ, ਇਹਦਾ ਨਾਂ ਪਤਾ ਨਹੀਂ। ਹਾਂ ਮਨਪ੍ਰੀਤ ਆ ਜੀ ਸ਼ਾਇਦ। ਇਹ ਕਹਿੰਦੀ ਵੀ ਮੇਰੇ ਭਾਈ ਦਾ ਹਸਪੀਟਲ ਆ ਉੱਥੇ ਵੱਡਾ, ਡਾਕਟਰ ਮੇਹਰ ਹਸਪੀਟਲ 'ਚ ਜੀ। ਇਹ ਹਸਪੀਟਲ ਕਿਹੜਾ ਜਿੱਥੇ ਤੁਸੀਂ ਖੜੇ ਹੋ? ਇਹ ਲਾਭ ਹੈਗਾ ਜੀ, ਲਾਭ ਸੀ ਅੰਮ੍ਰਿਤ ਕੌਰ ਦਾ। ਹਾਂਜੀ, ਇਹ ਕਹਿੰਦੀ ਵੀ 2 ਘੰਟੇ 'ਚ ਆਪਰੇਸ਼ਨ ਹੋ ਜੂ, 2 ਘੰਟੇ 'ਚ ਆਪਰੇਸ਼ਨ ਕਰਕੇ ਮੈਂ ਵਾਪਸ ਸ਼ਾਮ ਨੂੰ ਉਰੇ ਲਿਆਉਂਗੀ ਜੀ। 40,000 'ਚ ਸਾਡੀ ਗੱਲ ਹੋਈ ਆ, ਇਹਨਾਂ ਨੇ ਸਾਡਾ 2 ਲੱਖ ਰੁਪਈਆ ਭਰਾ ਲਿਆ ਜੀ ਇਹਨਾਂ ਨੇ। ਹਾਂਜੀ, ਇਹ ਉੱਥੇ ਹੁਣ ਸਾਨੂੰ ਅੱਧੀ ਰਾਤ ਨੂੰ ਕਹਿੰਦੇ ਸਾਨੂੰ ਇੰਨੇ ਪੈਸੇ ਪੇਮੈਂਟ ਜਮ੍ਹਾਂ ਕਰ ਦਿਓ, ਅਸੀਂ ਰਾਤ ਨੂੰ ਅਸੀਂ ਤਾਂ 50,000 ਲੈ ਕੇ ਤੁਰੇ, ਅਸੀਂ ਇੰਨੇ ਪੈਸੇ ਰਾਤੋ ਰਾਤ ਕਿਵੇਂ ਉਹ ਕਰਦੇ? ਕਹਿੰਦੇ ਮਰੀਜ਼ ਕਿਵੇਂ ਆ? ਡੈਥ ਹੋ ਗਈ ਜੀ ਉਹਨਾਂ ਦੀ, ਉਸੇ 4 ਵਜੇ ਡੈਥ ਹੋ ਗਈ ਉਹਨਾਂ ਦੀ। ਜ਼ਿੰਮੇਵਾਰੀ ਇਹਦੀ ਤੇ ਉਹ ਡਾਕਟਰ ਨੇ ਵੀ ਸਾਨੂੰ ਅੰਦਰ ਬੜਾ ਕੇ ਕਿਹਾ, ਕਹਿੰਦਾ ਬੇਟਾ ਮੈਂ ਕਿਹਾ ਮਾਂ ਡਾਕਟਰ ਸਾਡੀ ਪੇਸ਼ੈਂਟ ਦੀ ਜ਼ਿੰਮੇਵਾਰੀ, ਕਹਿੰਦੇ ਜ਼ਿੰਮੇਵਾਰੀ ਸਾਡੇ ਨਾ ਬੱਚੇ ਨੂੰ ਅਸੀਂ ਹੋਣ ਦਈਏ ਕੁਛ, ਨਾ ਪੇਸ਼ੈਂਟ ਨੂੰ ਕੁਛ ਹੋਣ ਦਈਏ ਜੀ। ਕਹਿੰਦੇ ਸਾਡੀ ਬਿਲਕੁਲ ਜ਼ਿੰਮੇਵਾਰੀ ਆ ਜੀ, ਹੁਣ ਸਾਡੀ ਉਹਦੀ ਡੈਥ ਹੋ ਗਈ ਜੀ। ਦੇਖੋ ਬੱਚੇ ਦੇ ਬੱਚੀ ਦਾਖਲ ਆ ਗਈ ਉੱਥੇ। ਹਾਂ ਆਪਰੇਸ਼ਨ ਤਾਂ ਅਸੀਂ ਸਾਰੀਆਂ ਲਵੇ, ਸਾਨੂੰ 6 ਘੰਟੇ ਤਾਂ ਸਾਨੂੰ ਦੱਸਿਆ ਨਹੀਂ ਵੀ ਉਹ ਹੈ ਕਿਵੇਂ ਆ, ਕਿਵੇਂ ਨਾ ਆਪਰੇਸ਼ਨ ਰੂਮ ਚੋਂ ਕੱਢੀ ਨਹੀਂ ਬਾਹਰੇ ਜੀ ਉਹ। ਤੁਸੀਂ ਮੰਗ ਕੀ ਕਰਦੇ ਹੁਣ? ਮੰਗੇ ਦਾ ਹਸਪੀਟਲ, ਉਹ ਹਸਪੀਟਲ ਵੀ ਬੰਦ ਹੋਣਾ ਚਾਹੀਦਾ, ਇਹ ਵੀ ਬੰਦ ਹੋਣਾ ਚਾਹੀਦਾ ਵੀ ਕਿਸੇ ਹੋਰ ਨੂੰ ਨਾ ਗਰੀਬ ਨੂੰ ਉਹ ਕਰਨ। ਕਿੰਨਾ ਬਿੱਲ ਬਣਾਇਆ ਇਹਨਾਂ ਨੇ ਤੁਹਾਡਾ? ਸਾਡਾ ਬਿੱਲ ਤਾਂ ਸਾਨੂੰ ਅਸੀਂ ਤਾਂ ਉੱਥੇ ਜਮ੍ਹਾਂ ਕਰਾਤੇ ਜੀ, 2 ਲੱਖ ਰੁਪਈਆ ਸਾਡਾ ਲੱਗ ਚੁੱਕਿਆ ਹਜੇ ਹੁਣ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ। ਕੀ ਮਾਮਲਾ ਹੋਇਆ ਇੱਥੇ? ਮਾਮਲਾ ਹੈ ਸੰਗਰੂਰ ਤੋਂ ਲੜਕੀ ਸੀ ਸਾਡੀ, ਔਰ ਲੈ ਕੇ ਆਏ ਸੀਗੇ। ਕੀ ਨਾਮ ਸੀ ਲੜਕੀ ਦਾ? ਹਰਪ੍ਰੀਤ ਕੌਰ। ਕਿਹੜਾ ਪਿੰਡ ਸੀ ਇਹਨਾਂ ਦਾ? ਸੰਗਰੂਰ। ਕੀ ਮਾਮਲਾ ਹੋਇਆ? ਮਾਮਲਾ ਲੜਕੀ ਦਾ ਬੱਚਾ ਹੋਣ ਵਾਲਾ ਸੀਗਾ, ਉਹ MRI ਕਰਾਉਣ ਵਾਸਤੇ ਪਟਿਆਲੇ ਜਾ ਰਹੇ ਸੀ, ਇੱਥੇ ਆ ਕੇ ਅਚਾਨਕ ਉਹਨਾਂ ਦਰਦ ਦੁਰਦ ਹੋਣ ਲੱਗ ਗਿਆ, ਤਾਂ ਉਹ ਉਰੇ ਆ ਗਏ ਇਹਨਾਂ ਕੋਲ। ਇੱਥੇ ਸਿਸਟਰ ਰਹਿੰਦੀ ਇਹਨਾਂ ਦੀ, ਸਿਸਟਰ ਕੋਲੋਂ ਉਹ ਉਰੇ ਲੈ, ਕਹਿੰਦੇ ਵੀ ਚਲੋ ਇੱਥੇ ਆਪਾਂ ਇਹਨਾਂ ਨੂੰ ਦਿਖਾ ਦਿੰਦੇ ਹਾਂ। ਇੱਥੇ ਆ ਕੇ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਆ, ਅਸੀਂ ਨਾ ਬੱਚੇ ਨੂੰ ਕੁਛ ਹੋਣ ਦਈਏ, ਨਾ ਇਹਨੂੰ ਲੜਕੀ ਨੂੰ ਕੁਛ ਹੋਣ ਦਈਏ। ਰੁਪਈਆ 40,000 'ਚ ਇਹਨਾਂ ਨੇ ਸੌਦਾ ਕੀਤਾ ਇੱਥੇ, ਕਹਿੰਦੇ 40,000 ਰੁਪਇਆ ਲਵਾਂਗੇ, ਨਾ ਲੜਕੀ ਨੂੰ ਕੁਛ ਹੋਵੇ ਨਾ ਤੁਹਾਡੇ ਬੱਚੇ ਨੂੰ ਕੁਛ ਹੋਵੇ, ਅਸੀਂ ਇਹਨੂੰ ਚੱਕ ਕੇ ਇੱਥੇ ਲਿਆਉਂਦਾ, ਇੱਥੋਂ ਇਹਨਾਂ ਚੱਕ ਕੇ ਬਾਅਦ 'ਚ ਕਹਿੰਦੇ ਸਾਡੇ ਮਤਲਬ ਕੰਟਰੋਲ 'ਚ ਹੈ ਨਹੀਂ ਗਾ ਕੇਸ, ਇੱਥੋਂ ਕਹਿੰਦੇ ਅਸੀਂ ਪਟਿਆਲੇ ਲੈ ਕੇ ਜਾਵਾਂਗੇ ਵੀ ਪਟਿਆਲੇ ਤੋਂ ਅਸੀਂ ਅਪਰੇਟ ਕਰਵਾ ਕੇ ਵਾਪਸ ਇੱਥੇ ਲਿਆਵਾਂਗੇ ਸ਼ਾਮ ਨੂੰ। ਪਟਿਆਲੇ ਲਿਜਾ ਕੇ ਇਹਨਾਂ ਨੇ ਕੀ ਕੀਤਾ? ਅੰਦਰ ਓਪਰੇਸ਼ਨ ਥੀਏਟਰ ਦੇ ਵਿੱਚ ਕੋਈ ਜਾਂਦਾ ਨਹੀਂ ਹੈਗਾ, ਉੱਥੇ ਜਾ ਕੇ ਕਿਵੇਂ ਇਹਨਾਂ ਨੇ ਓਪਰੇਟ ਕੀਤਾ ਕਿਵੇਂ ਨਾ ਕੀਤਾ ਗਾ, ਕੁੜੀ ਦੀ ਬਲੱਡ ਵਾਲੀ ਨਾੜ ਕੋਈ ਕੱਟ ਗਈ, 15 ਬੋਤਲਾਂ 5-6 ਘੰਟਿਆਂ ਦੇ ਵਿੱਚ ਕਹਿੰਦੇ ਅਸੀਂ 15 ਬੋਤਲਾਂ ਬਲੱਡ ਦੀ, ਬਿੱਲ ਸਾਰੇ ਪੈਣ ਉਹਨਾਂ ਦੇ, 15 ਬੋਤਲਾਂ 5-6 ਘੰਟਿਆਂ ਦੇ ਵਿੱਚ ਕਿਵੇਂ ਬਲੱਡ ਦੇ ਚੜ ਜਾਣਗੀਆਂ? ਇੱਥੋਂ ਇਹ ਡਾਕਟਰ ਆਪ ਲੈ ਕੇ ਗਏ? ਇਹ ਡਾਕਟਰ ਆਪ ਲੈ ਗਈ ਆ ਨਾਲ। ਅੱਛਾ, ਕਿਹੜੇ ਹਸਪੀਟਲ ਲੈ ਕੇ ਗਏ? ਮੇਹਰ ਹਸਪੀਟਲ। ਅੱਛਾ, ਇਹ ਆਪ ਲੈ ਕੇ ਗਏ ਨੇ ਆਪਣੀ ਜ਼ਿੰਮੇਵਾਰੀ? ਆਪਣੀ ਜ਼ਿੰਮੇਵਾਰੀ ਤੇ ਲੈ ਕੇ ਨੇ, ਕਹਿੰਦੇ ਅਸੀਂ ਕੁਝ ਨਹੀਂ ਹੋਣ ਦਿੰਦੇ। ਹੁਣ ਜਿਹੜੇ ਤੁਹਾਡੇ ਪੇਸ਼ੈਂਟ ਨੇ ਕਿਵੇਂ ਨੇ ਉਹ? ਉਹਨਾਂ ਦੀ ਡੈਥ ਹੋ ਚੁੱਕੀ ਆ। ਕੀ ਕਹਿਣਾ ਚਾਹੋਗੇ ਤੁਸੀਂ ਹੁਣ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਵੀ ਇਹਨਾਂ ਨੂੰ ਜਦੋਂ ਇਹਨਾਂ ਦੇ ਵੱਸ ਦਾ ਕੋਈ ਕੰਮ ਹੀ ਹੈ ਨਹੀਂ, ਇਹਨਾਂ ਹਸਪਤਾਲ ਕਾਹਦੇ ਵਾਸਤੇ ਖੋਲਿਆ ਇਹ? ਮੰਗ ਕੀ ਕਰਦੇ ਹੋ ਤੁਸੀਂ? ਮੰਗ ਕਰਦੇ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਇਹਨਾਂ ਦਾ ਹਸਪਿਟਲ ਬੰਦ ਹੋਣਾ ਚਾਹੀਦਾ। ਮੈਡਮ ਕੀ ਨਾਮ ਹੈ ਤੁਹਾਡਾ ਜੀ? ਡਾਕਟਰ ਮਨਪ੍ਰੀਤ। ਹਸਪਿਟਲ ਦਾ ਕੀ ਨਾਮ ਹੈ ਜੀ? ਅੰਮ੍ਰਿਤ ਹਸਪਿਟਲ। ਮੈਮ ਇੱਕ ਇਲਜ਼ਾਮ ਲੱਗ ਰਹੇ ਨੇ ਕਿ ਲੇਡੀ ਜੋ ਇੱਕ ਪ੍ਰੈਗਨੈਂਟ ਲੇਡੀ ਸੀ ਇੱਥੇ ਤੁਸੀਂ ਆਪਰੇਟ ਕਰਨ ਦੇ ਲਈ ਲੈ ਕੇ ਆਏ ਤੇ ਉਹਨਾਂ ਦੇ ਨਹੀਂ 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 ਇੱਥੇ ਨਹੀਂ ਹੋਇਆ ਆਪਰੇਟ, ਆਪਰੇਟ ਇਹਨਾਂ ਦਾ ਹੋਇਆ ਪਟਿਆਲੇ। ਓਕੇ। ਹਾਂਜੀ, ਪਟਿਆਲਾ ਹਸਪੀਟਲ 'ਚ ਹੋਇਆ ਉਹਨਾਂ ਦਾ ਆਪਰੇਟ। ਇਹ ਮੇਰੇ ਕੋਲ ਆਏ ਸੀਗੇ ਕਿ ਇਹ ਪ੍ਰੋਬਲਮਸ ਹੈ, ਇਹ ਸਾਰਾ ਕੁਛ ਹੈ। ਫਿਰ ਮੈਂ ਇਹਨਾਂ ਦੀਆਂ ਰਿਪੋਰਟਸ ਅੱਗੇ ਮੇਹਰ ਹਸਪੀਟਲ ਸੈਂਡ ਕੀਤੀਆਂ, ਉਹ ਡਾਕਟਰ ਸਾਹਿਬ ਕਹਿੰਦੇ ਕੋਈ ਨਾ ਤੁਸੀਂ ਇੱਥੇ ਲਿਆਓ ਵੀ, ਕਿਉਂਕਿ ਸਾਡੇ ਕੋਲ ਇੰਨੀ ਫੈਸਿਲਿਟੀ ਨਹੀਂ ਹੈ, ਸਭ ਕੁਛ ਨਹੀਂ ਹੈ। ਫਿਰ ਅਸੀਂ ਉਹ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ, ਠੀਕ ਹੈ, ਉਹ ਮੇਹਰ ਹਸਪੀਟਲ ਦੇ ਵਿੱਚ ਆਪਰੇਟ ਹੋਇਆ, ਇੱਥੇ ਨਹੀਂ ਹੋਇਆ ਕੋਈ ਆਪਰੇਟ। ਇਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਤੁਸੀਂ ਰਿਸਪੋਂਸੀਬਿਲਟੀ ਲੈ ਕੇ ਗਈ ਸੀ ਤੇ ਮੇਹਰ ਹਸਪੀਟਲ ਦੇ ਵਿੱਚ ਵੀ ਤੁਸੀਂ ਆਪ ਨਾਲ ਜਾ ਕੇ ਲੈ ਕੇ ਗਏ ਹੋਣਾ? ਨਹੀਂ, ਮੈਂ ਨਹੀਂ ਨਾਲ ਲੈ ਕੇ ਗਈ, ਇਹ ਆਪਣੀ ਕਾਰ 'ਚ ਗਏ ਆ, ਮੈਂ ਰਿਪੋਰਟ ਦੇਣ ਗਈ ਸੀ ਡਾਕਟਰ ਸਾਹਿਬ। ਇਹ ਰਿਪੋਰਟ ਭੁੱਲ ਗਈ ਸੀ, ਮੇਹਰ ਹਸਪੀਟਲ ਦੇ ਵਿੱਚ ਕੰਟੈਕਟ ਕਿਹਨਾਂ ਨੇ ਕੀਤਾ? ਪੇਸ਼ੈਂਟ ਨੇ ਦੇ ਫੈਮਿਲੀ ਨੇ ਕੀਤਾ? ਡਾਕਟਰ ਮੰਦੀ ਨਾਲ ਰਿਪੋਰਟਾਂ ਸੈਂਡ ਹੋਈਆਂ ਡਾਕਟਰ ਮੰਦੀ ਨੂੰ, ਉਹਨਾਂ ਨੇ ਸਾਰੀਆਂ ਰਿਪੋਰਟਸ ਵਟਸਐਪ ਕੀਤੀਆਂ। ਤੁਸੀਂ ਆਪ ਕੀਤੀਆਂ ਸੀ? ਹਾਂਜੀ, ਮੈਂ ਆਪ ਕੀਤੀਆਂ ਸੀ, ਪੇਸ਼ੈਂਟ ਦੇ ਸਾਹਮਣੇ ਕੀਤੀਆਂ ਸੀ। ਓਕੇ। ਹਾਂਜੀ, ਤੇ ਹੁਣ ਪੇਸ਼ੈਂਟ ਦੀ ਜਿਹੜੀ ਡੈਥ ਹੋਈ ਆ,
क्योंकि मैं कोई सर्जन नहीं है, मैं कुछ नहीं है, ठीक है। मैं अपनी इतने प्रैक्टिस कर रही हूँ, उत्थे मेहर हॉस्पिटल सारे सर्जन एनेस्थेटिस्ट पूरी टीम से उन्होंने थ्रू ऑपरेट होया। सर उरे गल हुई है, मेरी वाइफ थी कि जिन्हें डैथ हुई है, इन्होंने मैडम जी ने पूरी लत्ती थी भी असी करांगे भी साडी जिम्मेवारी भी ऑपरेशन हो गया शामी ना उरे ले आवांगे भी उत्थे बच्चा थोड़ा उत्थे रहूगा भी अठवें महीने दे विच नहीं। मैडम ने सानू ड्रेस दिता थी भी उत्थे बग जाओ भी उत्थे असी पहुँच रहे हैं भी उत्थे थोड़ा ऑपरेशन होगा। उत्थे मैंने तो कुछ भी नहीं पता थी भी किधर जाना गा, मैडम की ड्रेस नाल असी लोकेशन नाल गए हैं। मंग करदे सर भी आने वाली अगे दे विच भी किसी नाल इह जिहा काम ना हो, मेरे नाल तां वापर गई क्योंकि मेरे बच्चों का वो खराब हो गया। वाइफ की है 31 साल जी। किन्ने बच्चे से तोड़े? बच्चे तीन थी, बेटियां दी तीसरी बेटी हुई है जी। तुसी इत्थे जदों हॉस्पिटल लैके आए उहनूं किस दिन लैके आए, की समां सी उहनूं? सर मैं ना MRI कराउण जा रही थी पटियाले, अपनी चल रही थी KG सिंगले दे संगरूर मैडिसन, उन्होंने ना पहला करोना टेस्ट करवाया मैं सवेरा, उस तो बाद असी उत्थे बस नहीं बस स्टैंड बाइक ते आ रही थी, उन्होंने प्रोपरली ना पेट के दर्द होने लग गया। मेरी सिस्टर मैं उन्होंने लिया गया, वो कहें मैं भी मैडम ने भी उन्होंने दिखाया, उन्हें मैडम कहें भी ये ना भी अज ही ऑपरेशन होगा भी 2 घंटे के उत्थे करवावे ऑपरेशन। हाँ जी हाँ जी मैडम ने कहा जी, ठीक है। मैडम ने पूरी जिम्मेवारी लती थी भी बच्चा तो पेशेंट नी पूरी बचावे भी नॉर्मल केस होंगे भी MRI कराने की भी सूँ लोड़ नहीं हैगी उत्थे जाने की पटियाले। डैथ सर थिएटर 5:30 बजे की लैके गए हुए जी, 6 बजे बच्चा मैनू उधर देता भी बच्चा जो वह कराया, उस तो बाद 11:30 बजे पेशेंट नू बाहर कढ़िया गा उहदी हालत दे विच। उस टाइम मैनू कहिंदे भी मैं सिर्फ 30,000 रुपए लेके गया थी जेब दे विच पा के, ते उहदे विचों 15-16,000 रुपए का ब्लड आ गया। मैनू कहिंदे 30,000 रुपए जमा करवाओ, मैं कहा मैं सर मेरे लवे इन्ने पैसे नहीं है भी मेरे लवे 10,000 रुपए उन्होंने ले लिया थी। मैं कहा मैं सुबह ना 9-10 बजे जिन्ने पेमेंट कहूँगे मैं जिवें मर्जी करके देवां भी मेरी वाइफ नू बचा लो। वो कहते ठीक है बिल्कुल ही, उन्होंने ऑपरेशन दोबारा होया गा भी तुसी पैसे सवेरे जमा करवा दियो। उस तो बाद 4 बजे उन्हों की डैथ होगी जी। इन्हों वालों डैथ का कारण की दस्या गया? कारण जी कहते बच्चा दानी कड़ी थी, ब्लीडिंग नहीं रुकी हैगी, कहने का मतलब जी मेरे हिसाब नाल हो रही क्योंकि इन्ना टाइम तो ऑपरेशन तो लगता नहीं जी, किहड़ा मर्जी होवे जी। हॉस्पिटल की लापरवाही कहोगे? लापरवाही हो जी, आप कहने भी किसी नाल होर उद्घटना ना हो। मेरी तो मंग हाँ इंसाफ की कर दी मैं। हाँ जी डैथ उत्थे हुई है मेरा हॉस्पिटल च। हाँ जी ये जिम्मेवारी नाल लेके गए थी जी, असीं तां आए इन्हां लवे जी भी सानू भी ये भी साढ़े नाल ये कम क्यों होया। भवानीगढ़ तो ब्यूरो रिपोर्ट NC7 न्यूज़।